ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਟੂ ਦਾ ਵਾਰਨ ਟੂ ਟਰੈਵਲ ਚੈਨਲ। ਅਤੇ ਅੱਜ ਆਪਾਂ ਭੇਜੇ ਜਾ ਰਹੇ ਹਾਂ ਆਪਣੇ ਫਰੈਂਡਸ ਕੋਲ ਹੈਪੀ ਨਿਊ ਈਅਰ, ਮਤਲਬ ਨਿਊ ਈਅਰ ਇੰਜੋਏ ਕਰਨ ਲਈ। ਅਤੇ ਅੱਜ ਆਪਣਾ ਲਾਸਟ ਦਿਨ ਆ 31 December 2022, ਅਤੇ ਕੱਲ੍ਹ ਆਪਣਾ ਰੱਬ ਸੁੱਖ ਰੱਖੇ, ਖੁਸ਼ੀਆਂ ਲੈ ਕੇ ਆਵੇ ਨਵਾਂ ਸਾਲ ਸਭ ਲਈ। ਅਤੇ ਅੱਜ ਆਪਾਂ ਆਪਣੇ ਫਰੈਂਡਸ ਕੋਲ ਜਾ ਰਹੇ ਹਾਂ ਭੇਜਾ, ਆਪਾਂ ਰਹਿੰਦੇ ਹਾਂ ਪਨੇਦੇ ਗੌਰ ਤੋਂ, ਆਪਣੇ ਦੂਜੇ ਪਿੰਡ 'ਚ ਆਪਾਂ ਜਾ ਰਹੇ ਹਾਂ। ਅਤੇ ਮੇਰੇ ਨਾਲ ਆਪਣਾ ਸੁਨੀਲ ਵੀ ਹੈਗਾ। ਅਤੇ ਅੱਜ ਆਪਾਂ ਉੱਥੇ ਜਾ ਕੇ ਸਾਹਮਣੇ ਮਤਲਬ ਪਾਰਟੀ ਕਰਾਂਗੇ ਨਵੇਂ ਸਾਲ ਦੀ। ਅੱਜ 12 ਵਜੇ ਬਾਅਦ ਹੀ ਆਪਾਂ ਸੈਲੀਬ੍ਰੇਸ਼ਨ ਸ਼ੁਰੂ ਕਰ ਦੇਣਾ ਹੈ। ਅਤੇ ਹੁਣ ਅਸੀਂ ਜਾ ਰਹੇ ਹਾਂ, ਅਤੇ ਆਪਾਂ ਤੁਹਾਨੂੰ ਇੱਥੇ ਭੇਜੇ ਦਾ ਵੀ ਸਾਰਾ ਮਤਲਬ ਜਿੱਦਾਂ ਮਤਲਬ ਕਿ ਰੌਣਕਾਂ ਮੇਲੇ ਲੱਗੇ ਹੋਏ ਨੇ, ਸਾਰਾ ਕੁਝ ਦਿਖਾਵਾਂਗੇ ਤੁਹਾਨੂੰ। ਲਓ ਜੀ, ਆਪਾਂ ਹੁਣ ਰੋਡ ਕਰੋਸ ਕਰਾਂਗੇ, ਭੇਜਿਆ ਐਂਟਰ ਹੋ ਚੁੱਕੇ ਹਾਂ ਆਪਾਂ। ਅਤੇ ਰਾਤ ਨੂੰ ਇੱਥੇ ਜਿਹੜੇ ਪੁਰਤਗੇਸੀ ਲੋਕ ਹੈਗੇ ਪੁਰਤਗਾਲ 'ਚ, ਇਹ ਰਾਤੀ ਆਪਣਾ 12 ਵਜੇ ਇੰਜੋਏ ਕਰਨ ਲੱਗ ਜਾਂਦੇ ਨੇ ਨਿਊਰ ਦਾ। ਅਤੇ ਹੁਣ ਵੀ ਡੀ ਜੇ ਵਗੈਰਾ ਕਾਫੀ ਲੱਗੇ ਹੋਏ ਨੇ। ਹੁਣ ਆਪਾਂ ਜਾ ਰਹੇ ਹਾਂ ਉਸ ਲੋਕੇਸ਼ਨ 'ਤੇ ਹੀ, ਜਾ ਕੇ ਤੁਹਾਨੂੰ ਇੱਕ ਇੱਕ ਮਤਲਬ ਕਿ ਸਾਰੀ ਰਿਪੋਰਟ ਦੇਵਾਂਗੇ ਕੀ ਆ ਕੀ ਨਹੀਂ। ਅਤੇ ਭਾਅ ਜੀ ਆਪਾਂ ਥੋੜ੍ਹਾ ਮਤਲਬ ਕਿ ਹਾਂ ਭਾਅ ਜੀ ਆਪਾਂ ਇਹ ਕਹਿ ਰਹੇ ਸੀਗੇ, ਜਿੱਦਾਂ ਆਪਣਾ ਨਵੇਂ ਨਵੇਂ ਆਪਾਂ ਵਲੋਗਿੰਗ ਕਰਨ ਲੱਗੇ ਹਾਂ, ਅਤੇ ਜੋ ਕੁਛ ਆਪਣਾ ਰੀਅਲ ਹੈਗਾ ਆਪਾਂ ਮਤਲਬ ਬਿਲਕੁਲ ਸਟਾਰਟਿੰਗ ਤੋਂ ਹੀ ਤੁਹਾਨੂੰ ਦੱਸਣਾ, ਬਿਨਾਂ ਐਡੀਟਿੰਗ ਤੋਂ ਸਾਫ਼, ਮਤਲਬ ਜੋ ਲਾਈਫ ਹੈਗੀ, ਨਿੱਜੀ ਜ਼ਿੰਦਗੀ ਆ ਜੋ ਇੱਥੇ ਦੀ, ਬਿਲਕੁਲ ਤੁਹਾਨੂੰ ਕਲੀਅਰਲੀ ਦੱਸਣਾ। ਕੋਈ ਐਡੀਟਿੰਗ ਨਹੀਂ ਕਰਨੀ, ਕੋਈ ਇਹ ਨਹੀਂ ਕਹਿਣਾ ਵੀ ਇੱਥੇ ਉਹ ਆ ਇਹ ਆ, ਨਾ ਜੀ ਨਾ, ਬਿਲਕੁਲ ਜੋ ਹੈਗਾ ਉਹੀ ਆਪਾਂ ਤੁਹਾਨੂੰ ਦਿਖਾਉਣਾ ਆ। ਅਤੇ ਥੋੜ੍ਹਾ ਜੇ ਆਪਣਾ ਮਿਸਅੰਡਰਸਟੈਂਡਿੰਗ 'ਚ ਕੁਛ ਉੱਪਰ ਨੀਚੇ ਬੋਲ ਜਾ ਤਾਂ ਭਾਅ ਜੀ ਇਗਨੋਰ ਕਰਿਓ। ਲਓ ਜੀ ਆਪਾਂ ਪਹੁੰਚ ਹੀ ਚੱਲੇ ਹਾਂ, ਮੈਂ ਇੱਥੋਂ ਥੋੜ੍ਹੀ ਕੁ ਦੂਰ ਰਹਿ ਗਿਆ, 200-300 meters ਦੀ ਦੂਰੀ ਰਹਿ ਗਈ ਆ। ਜਿਹੜੇ ਆਪਣੇ ਫਰੈਂਡਸ ਹੈਗੇ ਉੱਥੇ ਜਿਹੜਾ ਰੂਮ ਆ ਆਪਾਂ ਜਿਹਨਾਂ ਕੋਲ ਚੱਲੇ ਹਾਂ, ਥੋੜ੍ਹੀ ਕੁ ਦੂਰ ਰਹਿ ਗਏ ਨੇ ਆਪਾਂ ਬਸ ਰਸਤੇ 'ਚ ਹੈਗੇ ਹਾਂ। ਅਤੇ ਇੱਥੇ ਜੋ ਹੈਗਾ ਇੱਥੇ ਵਾਸ਼ਿੰਗ ਸਿਸਟਮ ਹੈਗਾ ਭਾਅ ਜੀ, ਜਿੱਦਾਂ ਆਪਾਂ ਘਰ 'ਚ ਕੱਪੜੇ ਨਹੀਂ ਵਾਸ਼ ਕਰ ਸਕਦੇ, ਅਤੇ ਆਪਾਂ ਸਾਹਮਣੇ ਇੱਥੇ ਕੱਪੜੇ ਵਾਸ਼ ਕਰ ਸਕਦੇ ਹਾਂ। 1-2 euro ਪਾ ਕੇ ਮਸ਼ੀਨ 'ਚ ਸੁਕਾਉਣ ਵਾਲਾ ਵੀ ਹੈਗਾ, ਸਾਰਾ ਸਿਸਟਮ ਹੈਗਾ ਇੱਥੇ। ਇਹ ਸ਼ੋਪਸ ਨੇ ਇੱਥੇ ਬਾਹਰ ਨੇ, ਇੱਥੇ ਰਾਤ ਨੂੰ ਮੇਲੇ ਲੱਗਣੇ ਨੇ ਭਾਅ ਜੀ, ਜਿੱਦਾਂ ਨਿਊਰ ਹੈਗਾ ਅਤੇ ਸਾਰੇ ਆਪਣੇ ਇੱਥੇ ਵਲੋਗਿੰਗ ਹੈਗੀ ਇੱਥੇ। ਅਤੇ ਇਹ ਇੱਕ ਪੁਰਤਗੇਸੀ ਜਾ ਰਿਹਾ ਇੱਥੇ ਬੱਚੇ ਵਾਸਤੇ ਆਪਣਾ ਸਾਈਕਲ ਲੈ ਕੇ, ਜਿੱਦਾਂ ਨਵਾਂ ਸਾਲ ਹੈਗਾ ਆਪਣੇ ਇੰਡੀਆ 'ਚ ਆਪਾਂ ਨਵੀਆਂ ਚੀਜ਼ਾਂ ਲੈਂਦੇ ਹਾਂ, ਅਤੇ ਇੱਦਾਂ ਹੀ ਆਪਣੇ ਬੱਚੇ ਵਾਸਤੇ ਸਾਈਕਲ ਲੈ ਕੇ ਜਾ ਰਿਹਾ ਨਵਾਂ। ਤੁਹਾਨੂੰ ਜ਼ੂਮ ਕਰਕੇ ਦਿਖਾਉਂਦਾ, ਦੇਖੋ। ਅਤੇ ਇਸ ਟਾਈਮ 'ਤੇ ਮਤਲਬ ਦਿਨ 'ਚ ਤਾਂ ਥੋੜ੍ਹਾ ਘੱਟ ਹੀ ਹੈ ਹੁੰਦਾ ਇੱਥੇ ਰਸ, ਜਿੱਦਾਂ ਲੋਕ ਕੰਮਾਂ ਕਾਰਾਂ ਗਏ ਹੁੰਦੇ ਆ, ਰਾਤ ਨੂੰ ਇੱਥੇ ਜ਼ਿਆਦਾ ਮਤਲਬ ਹੁੰਦੇ ਨੇ ਬਾਰਾਂ ਦਾ ਸਿਸਟਮ, ਜੋ ਬਾਰ ਬੂਰ ਹੁੰਦੇ ਨੇ ਰਾਤੀ ਜ਼ਿਆਦਾ ਓਪਨ ਹੁੰਦਾ ਹੈ। ਅਤੇ ਹੋਸਪਿਟਲ ਹੈਗਾ ਇਹ ਸਾਹਮਣੇ ਆਪਣਾ, ਇਹ ਬੋਰਡ ਲੱਗਾ ਹੋਸਪਿਟਲ ਦਾ, ਅਤੇ ਇੱਧਰ ਸਾਹਮਣੇ ਹੋਸਪਿਟਲ ਹੈਗਾ, 1 number ਦੀ ਸੁਵਿਧਾ ਭਾਅ ਜੀ ਹੋਸਪਿਟਲ ਦੇ, ਵਧੀਆ ਟ੍ਰੀਟਮੈਂਟ ਕਰਦੇ ਨੇ ਆਪਣਾ। ਆਪਾਂ ਇੱਕ ਫਰੈਂਡ ਨਾਲ ਗਏ ਵੀ ਸੀ, ਵਧੀਆ ਟ੍ਰੀਟਮੈਂਟ ਕਰਦੇ, ਬਿਲਕੁਲ ਕੇਅਰ ਕਰਦੇ ਬੰਦੇ ਦੀ ਇੱਥੇ। ਲਓ ਜੀ ਆਪਾਂ ਪਹੁੰਚ ਗਏ ਹਾਂ ਬਸ। ਅਤੇ ਪਹਿਲਾਂ ਭਾਅ ਜੀ ਆਪਾਂ ਇੱਥੇ ਹੀ ਰਹਿੰਦੇ ਹੁੰਦੇ ਸੀ, 11 number ਕਮਰੇ 'ਚ ਭੇਜੇ ਹੀ, ਅਤੇ ਹੁਣ ਥੋੜ੍ਹੇ ਕੁ ਦਿਨ ਹੋਏ ਆਪਾਂ ਉੱਥੇ ਸੈਟਿੰਗ ਕਰ ਲਈ ਆ, ਕਿਉਂਕਿ ਉੱਥੇ ਕੰਮ ਤੋਂ ਥੋੜ੍ਹਾ ਨੇੜੇ ਪੈ ਜਾਂਦਾ ਆ, ਇੱਥੋਂ ਕੰਮ ਦਾ ਪੈਂਦਾ ਸੀ ਦੂਰ, ਅਤੇ ਹੁਣ ਆਪਾਂ ਉੱਥੇ ਹੀ ਰਹਿਣ ਲੱਗ ਗਏ ਪਨੇਡੇ ਗੌਰ ਤੋਂ। ਹੁਣ ਭੇਜੇ ਆਪਣਾ ਇਹ ਗਲੀਆਂ, ਆਪਾਂ ਇੱਥੇ ਹੀ ਘੁੰਮਦੇ ਹੁੰਦੇ ਸੀ ਕੰਮ ਤੋਂ ਆ ਕੇ, ਅਤੇ ਇੱਥੋਂ ਹੀ ਕੰਮ ਤੋਂ ਜਾਈਦਾ ਸੀ। ਲਓ ਜੀ ਇੱਥੇ ਲੱਗਣਾ ਰਾਤ ਨੂੰ ਨਿਊਰ ਦਾ ਪ੍ਰੋਗਰਾਮ, ਇਹ ਆਪਾਂ ਤੁਹਾਨੂੰ ਬੈਕ ਸਾਈਡ ਦਿਖਾ ਰਹੇ ਹਾਂ, ਹੁਣ ਅੱਗੇ ਜਾ ਕੇ ਤੁਹਾਨੂੰ ਫਰੰਟ ਸਾਈਡ ਵੀ ਦਿਖਾਵਾਂਗੇ। ਅਤੇ ਆਪਾਂ ਪਹੁੰਚ ਚੁੱਕੇ ਹਾਂ ਜਿੱਥੇ ਲੱਗਣੀਆਂ ਰਾਤ ਨੂੰ ਰੌਣਕਾਂ ਮੇਲੇ, ਬੋਲਦਾ ਨਹੀਂ ਯਾਰ ਤੂੰ, ਹਾਂ ਸਹੀ ਗੱਲ ਆ। ਅਤੇ ਉਹ ਪਿੱਛੇ ਉਹ ਸੈਟਅਪ ਹੋ ਰਿਹਾ, ਅਤੇ ਬਾਕੀ ਰਾਤ ਨੂੰ ਇੱਥੇ ਧਮਾਲਾ ਪੈਣੀ ਆ, ਰਾਤ ਦਾ ਵੀ ਤੁਹਾਨੂੰ ਸਾਰਾ ਹੀ ਆਪਣਾ ਮਾਹੌਲ ਦਿਸਦਾ। ਹਾਂਜੀ ਹਾਂਜੀ ਆਪਣਾ ਸਹੀ ਆ। ਹਾਂ ਦੇ ਇੱਥੇ ਲੱਗਣੀਆਂ ਸੰਗਤਾਂ ਰਾਤ ਨੂੰ, ਸੰਗਤਾਂ ਨਹੀਂ ਉਹ ਇੰਜੋਏ ਸੰਗਤ, ਚਲ ਜੋ ਵੀ ਆ ਸੰਗਤਾਂ ਨਾ, ਤੂੰ ਸੰਗਤਾਂ ਕਰਦਾ ਹੀ ਕੋਈ ਇੰਡੀਆ। ਹਾਂ ਵੀ ਸੁਨੀਲ ਕਿਵੇਂ ਲੱਗ ਰਿਹਾ ਫਿਰ ਤੈਨੂੰ? ਬਹੁਤ ਵਧੀਆ ਪ੍ਰੋਗਰਾਮ ਆ ਭਾਜੀ। ਅੱਛਾ ਐਡਾ ਪੰਡਾਲ ਤੇ ਮੈਂ ਪਹਿਲੀ ਵਾਰ ਦੇਖਿਆ ਯਾਰ, ਕੀ ਲੱਗ ਰਿਹਾ ਕਿਵੇਂ ਲੱਗ ਰਿਹਾ ਇੱਥੇ ਆ ਕੇ? ਬਹੁਤ ਵਧੀਆ ਸਿਸਟਮ ਆ ਭਾਜੀ, ਤੇ ਇੱਥੇ ਆਪਰੇਟ ਕਰਨਗੇ ਸਾਰਾ, ਠੀਕ ਆਪਣਾ ਇਹ ਸਾਰੇ ਇੱਥੇ ਓਪਰੇਟਿੰਗ ਕਰਨਗੇ ਡੀਜੇ ਨੂੰ ਰਾਤ ਦਾ। ਜਿਹਦੇ ਨਾਲ ਆਪਾਂ ਗੱਲ ਕੀਤੀ ਸੀ ਗੋਰੇ ਨਾਲ, ਉਹ ਕਹਿੰਦਾ ਮੈਨੂੰ ਇੰਗਲਿਸ਼ ਨਹੀਂ ਆਉਂਦੀ, ਮੈਨੂੰ ਆਉਂਦੀ ਆ ਪੁਰਤਗੇਸੀ। ਸੋ ਪੁਰਤਗੇਸੀ ਆਪਾਂ ਨੂੰ ਨਹੀਂ ਆਉਂਦੀ, ਜੇ ਆਉਂਦੀ ਆ ਤਾਂ ਪੋਕੋ ਪੋਕੋ ਆਉਂਦੀ ਆ, ਪੋਕੋ ਪੋਕੋ ਵੀ ਘੱਟ ਘੱਟ ਹੀ ਆਉਂਦੀ ਆ, ਅਤੇ ਇਸ ਕਰਕੇ ਉਹ ਕਹਿੰਦਾ ਵੀ ਮੈਂ ਇੰਗਲਿਸ਼ 'ਚ ਗੱਲ ਨਹੀਂ ਕਰ ਸਕਦਾ, ਮੈਨੂੰ ਨਾ ਇੰਗਲਿਸ਼ ਨਹੀਂ ਆਉਂਦੀ, ਅਤੇ ਮੈਂ ਸਿਰਫ ਆਪਣਾ ਪੁਰਤਗੇਸੀ ਬੋਲ ਸਕਦਾ, ਅਤੇ ਪੁਰਤਗੇਸੀ ਸਾਨੂੰ ਨਹੀਂ ਆਉਂਦੀ। ਅਤੇ ਇੱਥੇ ਰਾਤ ਨੂੰ ਮਤਲਬ ਸਾਊਂਡ ਸਿਸਟਮ ਇੱਥੇ ਲੱਗ ਗਿਆ ਹੈ। ਇਹ ਸਾਹਮਣੇ ਹੈਗਾ ਫਾਈਨਾਂਸ, ਇੱਥੇ ਆਪਾਂ ਜਦੋਂ ਪੁਰਤਗਾਲ ਐਂਟਰ ਹੁੰਦੇ, ਚੱਲ ਇਹ ਤਾਂ ਡਾਕੂਮੈਂਟਸ ਰਿਲੇਟਿਡ ਹੋ ਗਈ ਨਾ ਗੱਲ, ਅਤੇ ਫਿਰ ਵੀ ਆਪਾਂ ਇੱਕ ਵਾਰੀ ਤੁਹਾਨੂੰ ਦੱਸ ਦਿੰਦੇ ਹਾਂ
ਇੱਥੇ ਫਾਈਨਾਂਸ ਬਣਦਾ ਆਪਣਾ ਜਦੋਂ ਆਪਾਂ ਏਅਰਪੋਰਟ ਕਾਲ ਐਂਟਰ ਹੁੰਦੇ ਹਾਂ ਤਾਂ ਆਪਾਂ ਇੱਥੇ ਫਾਈਨਾਂਸ ਵਗੈਰਾ ਬਣਾਉਂਦੇ ਹਾਂ ਜੋ ਆਪਣੇ ਮੇਨ ਡਾਕੂਮੈਂਟਸ ਹੁੰਦੇ ਨੇ ਇਹਦੇ ਬਾਰੇ ਵੀ ਆਪਾਂ ਇੱਕ ਵੀਡੀਓ ਬਣਾਵਾਂਗੇ ਅਤੇ ਡਿਟੇਲ 'ਚ ਦੱਸਾਂਗੇ ਹੁਣ ਤਾਂ ਸਾਹਮਣੇ ਸੀ ਫਾਈਨਾਂਸ ਲਿਖਿਆ ਤਾਂ ਮੈਂ ਤੁਹਾਨੂੰ ਦੱਸ ਦਿੱਤਾ ਅਤੇ ਇੱਥੇ ਆਪਣਾ ਸਾਰਾ ਸਾਊਂਡ ਸਿਸਟਮ ਲੱਗਣਾ ਰਾਤ ਨੂੰ ਅਤੇ ਹੈਪੀ ਨਿਊ ਈਅਰ ਦਾ ਇੱਥੇ ਨਾਲ ਸੈਲੀਬ੍ਰੇਸ਼ਨ ਚੱਲਣੀ ਆ ਰਾਤ ਤੋਂ ਹੀ 12 ਵਜੇ ਬਾਅਦ ਅਤੇ ਬੜਾ ਮਤਲਬ ਵਧੀਆ ਇੰਜੋਏ ਕਰਨਗੇ ਅਤੇ ਬਾਕੀ ਰਾਤ ਨੂੰ ਇੱਥੇ ਜਿਹੜੀ ਲਾਈਟਿੰਗ ਸਿਸਟਮ ਉਹ ਰਾਤ ਨੂੰ ਆਉਣ ਹੋਣਗੀਆਂ ਤੁਹਾਨੂੰ ਸਾਰਾ ਕੁਛ ਹੀ ਦਿਖਾਵਾਂਗੇ ਇੱਥੇ ਜਿਵੇਂ ਵੀ ਹੋਇਆ ਅਤੇ ਆਪਾਂ ਹੁਣ ਚੱਲਦੇ ਹਾਂ 11 ਨੰਬਰ ਜਿੱਥੇ ਆਪਾਂ ਜਾ ਰਹੇ ਸੀ ਫਰੈਂਡਸ ਕੋਲ ਆਗੋ ਤੁਹਾਨੂੰ ਲੈ ਕੇ ਚੱਲਦੇ ਹਾਂ ਲਓ ਜੀ ਇਹ ਖੜੀ ਮੁੰਡਿਆਂ ਦੀ ਗੱਡੀ 11 ਨੰਬਰ ਵਾਲਿਆਂ ਦੀਆਂ ਅਤੇ ਹੁਣ ਆਪਾਂ ਪਹੁੰਚ ਚੁੱਕੇ ਹਾਂ 11 ਨੰਬਰ 'ਚ ਹੁਣ ਵਜਾਵਾਂਗੇ ਬੈੱਲ ਅਤੇ ਹੁਣ ਦੇਖਦੇ ਹਾਂ ਕੌਣ ਖੋਲੂਗਾ ਗੇਟ ਇਹ ਹੈਗਾ 11 ਨੰਬਰ ਇੱਥੇ ਆਪਾਂ ਪਹਿਲਾਂ ਰਹਿੰਦੇ ਸੀ ਅਤੇ ਹੁਣ ਆਪਾਂ ਦੂਜੀ ਜਗ੍ਹਾ ਸੈੱਟ ਹੋ ਗਏ ਤੁਹਾਨੂੰ ਪਹਿਲਾਂ ਦੱਸ ਹੋ ਚੁੱਕਿਆ ਇਹ ਆਪਾਂ ਬੈੱਲ ਵਜਾਤੀ ਹੁਣ ਦੇਖਦੇ ਹਾਂ ਆਇਆ ਹੀ ਨਹੀਂ ਕੋਈ ਖੋਲਣ ਅੰਦਰੋਂ ਹੀ ਖੋਲ ਤਾਂ ਲੱਗਦਾ ਬਟਨ ਦੱਬ ਕੇ ਅਤੇ ਇਹ ਆਪਣਾ ਹੈਗਾ ਸਾਗੀ ਡੋਮ ਮੈਂ ਤੁਹਾਨੂੰ ਦੱਸ ਰਿਹਾ ਸੀ ਮੈਂ ਆਪਣੇ ਫਰੈਂਡਸ ਕੋਲ ਚੱਲਾਂ 11 ਨੰਬਰ ਰੂਮ 'ਚ ਅਤੇ ਫਾਈਨਲੀ ਮੈਂ ਆਪਣੇ ਫਰੈਂਡਸ ਕੋਲ ਪਹੁੰਚ ਗਿਆ ਹਾਂ ਅਤੇ ਹੁਣ ਆਪਾਂ ਰਾਤ ਨੂੰ ਬਾਹਰ ਜਿੱਥੇ ਪ੍ਰੋਗਰਾਮ ਲੱਗਣਾ ਨਹੀਂ ਉੜਦਾ ਉੱਥੇ ਜਾਣਾ ਇਹ ਆਪਣਾ ਅਜੇ ਬਾਈ ਆ ਇਹ ਗੁਰਮੀਤ ਆਪਣਾ ਇਹ ਤੁਹਾਨੂੰ ਤੁਸੀਂ ਜਾਣਦੇ ਹੀ ਹੋ ਨੀਲ ਅੰਧਾ ਕਹਿਣ ਵਾਲਾ ਜਿਹੜਾ ਹਾਂ ਅਤੇ ਮੁੰਡੇ ਤਿਆਰ ਹੋ ਰਿਹਾ ਰਾਤ ਨੂੰ ਪਹਿਣਗੇ ਭੰਗੜੇ ਫਿਰ ਡੀਜੇ ਫਲੋਰ 'ਤੇ ਹੈਪੀ ਨਿਊ ਈਅਰ ਦੇ ਕਿੱਦਾਂ ਨਵਜੋਤ ਆਪਣਾ ਨਵਜੋਤ ਆ ਪੰਜਾਬ ਦੇ ਸੂਹੇ ਤੋਂ ਅਤੇ ਆਪਣਾ ਪਹਿਲਾਂ ਆਪਾਂ ਇੱਥੇ ਰਹਿੰਦੇ ਸੀ ਇੱਥੇ ਦੀ ਆਪਣਾ ਰਸੋਈ ਆ ਅਤੇ ਹੁਣ ਆਪਾਂ ਲੈ ਕੇ ਚੱਲੇ ਹਾਂ ਤੁਹਾਨੂੰ ਫਲੋਰ 'ਤੇ ਜਿੱਥੇ ਅੱਜ ਨਿਊ ਈਅਰ ਦੇ ਭੰਗੜੇ ਪਹਿਣਗੇ ਅਤੇ ਬਾਕੀ ਮਿਲਦੇ ਹਾਂ ਫਿਰ ਡੀਜੇ ਫਲੋਰ 'ਤੇ ਹੈਪੀ ਨਿਊ ਈਅਰ ਵੰਸ ਅਗੇਨ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਸਾਰੇ ਮੁੰਡੇ ਆਪਣੇ ਇਕੱਠੇ ਹੋ ਚੁੱਕੇ ਨੇ ਇੱਥੇ ਨਿਊ ਈਅਰ ਸੈਲੀਬ੍ਰੇਸ਼ਨ ਕਰਨਗੇ ਹਾਂਜੀ ਹਾਂਜੀ ਇਹ ਆਪਣਾ ਰਿੰਕੂ ਭਾਅ ਆਇਆ ਅਤੇ ਆਪਣਾ ਜਗਤਾਰ ਸਾਰੇ ਮੁੰਡੇ ਇਕੱਠੇ ਹੋ ਚੁੱਕੇ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਅੱਜ ਨਿਊ ਈਅਰ ਪਾਰਟੀ ਕਰਨੀ ਆ ਆਪਾਂ ਇੱਥੇ ਨਿਊ ਈਅਰ ਦੀ ਸੈਲੀਬ੍ਰੇਸ਼ਨ ਚੱਲਣਗੀਆਂ ਇੱਥੇ ਅਤੇ ਆਪਣਾ ਸਾਰੇ ਮੁੰਡੇ ਆ ਚੁੱਕੇ ਨੇ ਅਤੇ ਹੁਣ ਸਾਰੇ ਰਲ ਕੇ ਆਪਾਂ ਇੰਜੋਏ ਕਰਨਾ ਨਿਊ ਈਅਰ ਰੱਬ ਸੁੱਖ ਸ਼ਾਂਤੀ ਲੈ ਕੇ ਆਵੇ ਸਭ ਵਾਸਤੇ ਅਤੇ ਆਪਣਾ ਪੁਰਾਣਾ ਸਾਲ ਜਾਣ 'ਚ ਆਪਣੇ 2 ਹੀ ਘੰਟੇ ਬਾਕੀ ਹੈਗੇ ਆ ਹੁਣ ਆਪਾਂ ਸਾਰੇ ਇੱਥੇ ਵੇਟ ਕਰ ਰਹੇ ਹਾਂ ਅਤੇ ਇੱਥੇ ਸਾਹਮਣੇ ਡੀਜੇ ਦਾ ਪ੍ਰੋਗਰਾਮ ਕੀਤਾ ਹੋਇਆ ਹੈ ਦੇਖੋ ਕਿਆ ਮਾਹੌਲ ਬਣਿਆ ਵਧੀਆ ਇੱਧਰ ਬਾਬਾ ਸੁੱਖ ਰੱਖੇ ਸਾਰਿਆਂ ਲਈ ਨਵਾਂ ਸਾਲ ਵਧੀਆ ਆਵੇ ਖੁਸ਼ੀਆਂ ਲੈ ਕੇ ਆਵੇ ਤਰੱਕੀਆਂ ਦੇਵੇ ਸਭ ਨੂੰ ਵਿਚਾਰਿਆਂ ਨੂੰ ਜਿਹੜੇ ਵਿਚਾਰੇ ਇੱਥੇ ਬੈਠੇ ਆ ਉਹਨਾਂ ਨੂੰ PR ਵੀ ਜਲਦੀ ਦੇਵੇ ਅਤੇ ਮੈਨੂੰ ਵੀ ਦੇਵੇ PR ਮੈਂ ਵੀ ਰਹਿੰਦਾ ਹਾਲੇ ਅਤੇ ਬਾਕੀ ਇਹ ਵੀ ਆਪਣੇ ਮੁੰਡੇ ਮਤਲਬ ਰਹਿੰਦੇ ਸੀ ਨਾਲ ਹੁਣ ਵੀ ਨਾਲ ਹੀ ਦੂਜੀ ਜਗ੍ਹਾ ਸ਼ਿਫਟ ਹੋ ਗਿਆ ਪਰ ਕੰਮ ਨਾਲ ਇਕੱਠੇ ਹੀ ਕਰਦੇ ਆ ਫਿਰ ਵੀ ਇਹ ਦੇਖ ਚੱਲ ਰਹੀਆਂ ਸੈਲੀਬ੍ਰੇਸ਼ਨਾਂ ਮੁੰਡਿਆਂ ਦੀਆਂ ਖੁੱਲ੍ਹ ਰਹੇ ਕਹਿਣ ਅਤੇ ਕਹਿਣ ਕਿਆ ਬਾਤ ਹੈ ਇੰਜੋਏ ਫਿਰ ਰਵੀ ਇਹ ਮੁੰਡਾ ਅਮਰੀਕਾ ਵਾਲਾ ਇਹਨੇ ਅਮਰੀਕਾ ਜਾਣਾ ਨੀਤਿਨ ਕਿੱਧਰ ਮੂੰਹ ਕਰ ਰਿਹਾ ਹੈ ਕੋਈ ਚੱਕਰ ਨਹੀਂ ਹੈ ਨਿਊ ਈਅਰ ਛੂਟ ਹੈ ਸਾਰਿਆਂ ਨੂੰ ਕੋਈ ਚੱਕਰ ਨੀ ਆ ਤੇ ਨਾ ਨਾ ਮੈਂ ਨੀ ਪੀਂਦਾ ਹੁਣ ਤੈਨੂੰ ਪਤਾ ਹੀ ਆਪਣਾ ਉਹ ਦੇ ਕਿੱਡਾ ਸ਼ਰੀਫ ਇਹਦੇ ਵਰਗਾ ਤਾਂ ਸ਼ਰੀਫ ਹੈ ਹੀ ਨੀ ਪੂਰੇ ਪੁਰਤਗਾਲ ਬੋਤਲ ਪਾਈ ਆਰਸੀ ਦੀ ਅਤੇ ਹੁਣ ਥੋੜ੍ਹੀ ਦੇਰ ਨੂੰ ਪ੍ਰੋਗਰਾਮ ਵੀ ਸ਼ੁਰੂ ਹੋ ਜਾਣਾ ਤੁਹਾਨੂੰ ਆਪਾਂ ਉਹ ਵੀ ਦੱਸਾਂਗੇ ਅਤੇ ਦੇਖੋ ਮੇਲੇ ਲੱਗੇ ਪਏ ਨੇ ਅਤੇ ਆਪਾਂ ਹੁਣ ਚੱਲੇ ਹਾਂ ਆਪਣੇ ਫਰੈਂਡਸ ਕੋਲ ਜਿਨ੍ਹਾਂ ਕੋਲ ਆਪਾਂ ਅੱਜ ਇਨਵਾਈਟ ਸੀ ਰਾਤ ਇੰਜੋਏ ਵਾਸਤੇ ਨਿਊ ਈਅਰ ਇੰਜੋਏ ਵਾਸਤੇ ਜਿਨ੍ਹਾਂ ਨੇ ਸਾਨੂੰ ਇਨਵਾਈਟ ਕੀਤਾ ਸੀ ਸਾਡੇ ਫਰੈਂਡਸ ਨੇ ਉਹਨਾਂ ਕੋਲ ਚੱਲੇ ਹਾਂ ਆਪਾਂ ਹੁਣ ਥੋੜ੍ਹੀ ਦੇਰ ਬਾਅਦ ਡੀਜੇ ਦਾ ਪ੍ਰੋਗਰਾਮ ਸ਼ੁਰੂ ਹੋ ਜਾਣਾ ਫਿਰ ਉਹ ਵੀ ਤੁਹਾਨੂੰ ਦੱਸਾਂਗੇ ਅਤੇ ਚਲੋ ਮਿਲਦੇ ਹਾਂ ਫਿਰ ਡੀਜੇ ਫਲੋਰ 'ਤੇ ਇਹ ਮੇਰੇ ਫਰੈਂਡਸ ਇਹ ਤਾਰੂ ਕਪਿਆਲ ਧੱਕ ਪਾਈ ਹੋਈ ਪੁਰਤਗਾਲ ਤੇ ਰਾਜ ਕਰਨਾ ਮੁੰਡੇ ਨੇ ਇਹ ਅਜੇ ਆਪਣਾ ਕੁਰਸ਼ੇਤਰ ਵਾਲਾ ਮੁੰਡੇ ਨੇ ਪੂਰੀ ਧੱਕ ਪਾਇਆ ਰੱਖੀ ਕੁਰਸ਼ੇਤਰ 'ਚ ਹੁਣ ਪੁਰਤਗਾਲ 'ਚ ਇਹਨੇ ਹੁਣ ਇਹਨੇ ਪੁਰਤਗਾਲ 'ਚ ਪੂਰੀ ਮਤਲਬ ਚੜ੍ਹਾਈ ਕਰਨੀ ਇਹ ਸਰਪੰਚ ਬਣਾਉਣਾ ਇਹਨੇ ਪੁਰਤਗਾਲ 'ਚ ਇਹ ਕਪਿਆਲ ਤਾਰੂ ਤਾਰੂ ਕਹਿੰਦੇ ਮੁੰਡੇ ਨੇ ਦੇਖ ਮੁਸ਼ਤ ਕਿਵੇਂ ਹੱਥ ਮਾਰਦਾ ਹੁਣ ਇਹ ਸੰਦੀਪ ਇਹ ਤੁਹਾਨੂੰ ਪਤਾ ਹੀ ਹੈ ਸਾਡਾ ਚਾਚਾ ਜੀ ਇਹ ਲੱਗਦਾ ਕਈ ਵਾਰ ਐਂ ਜਿਵੇਂ ਡੌਂਕਰ ਇਹ ਗੁਰਮੀਤ ਭਾਅ ਜੀ ਨੇ ਤੇ ਇਹ ਸੰਨੀ ਹੈ ਅਜੈਂਟ।